ਸਾਡੀ ਇੰਡਸਟਰੀ ਦੇ ਇੱਕ ਪੰਜਾਬੀ ਕਮੇਡੀਅਨ ਤੇ ਬੜੇ ਹੀ ਲਾਜਵਾਬ ਐਕਟਰ ਹੋਏ ਹਨ ਓਮ ਪ੍ਰਕਾਸ਼ ਜੀ, ਓਮ ਜੀ ਹਾਂ, ਉਹਨਾਂ ਬਾਰੇ ਕੁਝ ਵਿਚਾਰ ਦਿਓ। ਓਮ ਜੀ ਵੀ ਅਲੱਗ ਹੀ ਹਸਤੀ ਸਨ, ਉਹਨਾਂ ਦਾ ਸਟਾਈਲ ਹੀ ਅਲੱਗ ਸੀ। ਵੈਸੇ ਮੈਂ ਵੀ ਉਹਨਾਂ ਨੂੰ ਇੱਕ ਫਿਲਮ ਵਿੱਚ ਲੈਣਾ ਚਾਹੁੰਦਾ ਸੀ, ਉਹ ਸੁਣਿਆ ਵੀ ਰੋਲ ਉਹਨਾਂ ਨੇ, ਬਾਅਦ ਵਿੱਚ ਉਹਨਾਂ ਨੂੰ ਉਹਨਾਂ ਪਸੰਦ ਨਹੀਂ ਆਇਆ ਅਤੇ ਉਹ ਫਿਰ ਨਹੀਂ ਹੋਈ, ਲੇਕਿਨ ਆਦਿ ਬਹੁਤ ਵਧੀਆ, ਜਿੱਥੇ ਜਦੋਂ ਵੀ ਮਿਲਣਾ ਹੱਸ ਕੇ ਸਭ ਨੂੰ ਹਸਾਉਣਾ ਉਹਨਾਂ ਦਾ ਕੰਮ ਸੀ। ਔਰ ਮੇਰੇ ਨਾਲ ਉਂਝ ਦੋਸਤੀ ਸੀ, ਲੇਕਿਨ ਜਦੋਂ ਆਰਟਿਸਟ ਨੂੰ ਤੁਸੀਂ ਰੋਲ ਸੁਣਾਓ ਉਹਨਾਂ ਨੂੰ ਉਹ ਚੰਗਾ ਲੱਗੇ ਜਾਂ ਨਾ ਲੱਗੇ ਉਸ ਹਿਸਾਬ ਨਾਲ ਉਹ ਕੰਮ ਕਰਦਾ, ਉੱਥੇ ਦੋਸਤੀ ਜਿਹੜੀ ਆ ਉਹ ਆਰਟ ਵਿੱਚ ਫਿਰ ਕੰਮ ਨਹੀਂ ਆਉਂਦੀ। पूजा करके सरस्वती दी बन गए सुच्चे मोती, बन गए सुच्चे मोती।